ਨੂੰ ਦਿੱਲੀ ਦੇ ਲਈ ਪਰ ਨਾਲ ਆ ਅਮੇਸ਼ ਬਕਰਾ ਬੜਾ ਲੀ ਨੂੰ ਪਹਿਲਵਾਨ ਦਾ ਅੱਖਾਂ ਦਾ ਲਾਡ ਪਰ ਹਰਿਆਣਾ ਇੱਕ ਵਾਰ ਅਮੇਸ਼ ਦੇ ਲਈ ਵੀ ਤਾੜੀਆਂ ਲਾ ਦਿਓ ਵੀ ਰਾਜ ਦੀ ਕੁਸ਼ਤੀ ਸ਼ੁਰੂ ਸਿਰੇ ਦੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋ ਜਾ ਰਹੀ ਹੈ ਅਦਰ ਦਿਲਬਰ ਖਾਨ ਸਾਡਾ ਭਰਾ ਢੇਰੇ ਵਾਲਾ ਉਸ ਵੀਰ ਦਾ ਵੀ ਬਾਬਾ ਧੰਨਵਾਦ ਅਦਰ ਚਾਂਦੀ ਹੋਈ ਕੁਸ਼ਤੀ ਬੱਲੇ 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 ਇੱਧਰ ਸੀਪੇ ਦੇ ਦੀਪਕ ਦਾ ਮੁਕਾਬਲਾ ਹੈ ਪੁਆਇੰਟ ਤੇ ਕੁਸ਼ਤੀ ਚੱਲਦੀ ਹੈ ਲੰਗੋਟਾ ਫੜਨਾ ਨਹੀਂ ਬਾਹਰ ਜਾਣਾ ਨਹੀਂ ਜਿਹੜਾ ਬਾਹਰ ਗਿਆ ਉਹਦੇ ਵੀ ਖਿਲਾਫ ਪੁਆਇੰਟ ਦਾ ਧਿਆਨ ਦਿਓ ਪਹਿਲਵਾਨ ਬਾਜੀ ਬਾਜੀ ਚਲੋ ਜੀ ਅਸੀਂ ਪੜ ਰਾਈਏ ਨਾਲ ਪੁਆਇੰਟ ਦੇ ਕੁਸ਼ਤੀ ਜੇਤੂ ਹੈ ਦੀਪਕ ਹੁਣ ਵੀ ਉਹੀ ਕੁਛ ਹੋਇਆ ਆਦਰ 20 ਮਿੰਟ ਦਾ ਖੁੱਲਾ ਸਮਾਂ ਹੋ ਗਿਆ ਇਸ ਕੁਸ਼ਤੀ ਦਾ ਬਾਕੀ ਬੈਠ ਜਿਓ ਬਈ ਜਿਹੜੇ ਪਹਿਲਵਾਨ ਘੁੰਮਦੇ ਆ ਆਪਣੀ ਥਾਂ ਤੇ ਬੈਠੋ ਜਾਂ ਫਿਰ ਬਾਹਰ ਹੋ ਜਿਓ ਉਧਰ ਸੋਨੂੰ ਸਾਡਾ ਭਰਾ ਢੇਲੇ ਵਾਲਾ ਪੁੱਜਿਆ ਉਸ ਵੀਰ ਦਾ ਵੀ ਤਾਂ ਦਿਲ ਧੰਨਵਾਦ ਕਰਦੇ ਆ ਉੱਥੇ ਹੀ ਦੁਰਗਾ ਸਪੋਰਟਸ ਕਲੱਬ ਅਨੰਦਪੁਰ ਮਾਨ ਸਿੰਘ ਨੇਗੀ ਜੀ ਸਾਡੇ ਪ੍ਰਧਾਨ ਸਾਹਿਬ ਉਪ ਪ੍ਰਧਾਨ ਸਾਹਿਬ ਸੁਨੀਲ ਠਾਕੁਰ ਕਾਕੂ ਜੀ ਸੱਦੇ ਦਿੰਦੇ ਆ ਮੈਂ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਕਬੱਡੀ ਦਾ ਮਹਾਂਕੁੰਭ ਹੋਏਗਾ ਇਸੇ ਗਰਾਊਂਡ ਤੇ ਵੀ ਖੋਟ ਕਰ ਦਿੰਦੇ ਆ
ਰਾਜਦਾ ਗੱਲ ਕਰੇ ਵੀ 18 ਨਵੰਬਰ ਜਿਹੜਾ ਕੜੂਆਂ ਨੇ ਲਖਸੀ ਨਕਰ ਹੈ ਜਾਂ ਚਿੰਡੂ ਸਾਡਾ ਭਰਾ ਸੱਲੇ ਦਿੰਦਾ ਹੈ ਕਿ ਹਿੰਦੁਸਤਾਨ ਦੀ ਕਰੀਮ ਜਿਹੜੀ 18 ਨਵੰਬਰ ਕੜੂਆਂ ਨੇ ਦੇ ਵਿੱਚ ਘੁਲੇਗੀ ਵੀ ਨੋਟ ਕਰਦੇ ਜਾਓ 26 ਨਵੰਬਰ ਖੋਲ ਮੇਲੀ ਦਾ ਕੋਸੀ ਨਕਰ ਹੈ ਜਾਂ ਹਰਦੇਵ ਗੱਜਲ ਸਾਡਾ ਭਰਾ ਉਪ ਪ੍ਰਧਾਨ ਸਾਹਿਬ ਗਰਾਮ ਪੰਚਾਇਤ ਸੰਗੇੜ ਨਾਲੀ ਸਾਡੇ ਪ੍ਰਧਾਨ ਸਾਹਿਬ ਮੇਹਰ ਚੰਦ ਜੀ ਸੱਦੇ ਦਿੰਦੇ ਆ ਵੀ 26 ਨਵੰਬਰ ਖੋਲ ਮੇਲੀ ਦਾ ਕੋਸੀ ਨਕਰ ਹੈ ਜਾਂ ਜਿੱਤੇ ਹਿੰਦੁਸਤਾਨ ਦੇ ਚੋਟੀ ਦੇ ਵੱਲ ਪੁੱਜਣੇ ਆ ਪਰ ਇਹ ਗੱਲ ਕਰੀਏ 25 ਨਵੰਬਰ ਬਾਬਾ ਫਰਾਈ ਦਾ ਕੋਸੀ ਨਕਰ ਹੈਗਾ ਵੀ ਨੋਟ ਕਰਿਓ ਦੀਪਾ ਬਾਬਾ ਜੀ ਹੋਰਾਂ ਦਾ ਜਿਹੜਾ ਦੰਗਲ ਹੈਗਾ 25 ਨਵੰਬਰ ਇਹ ਵੀ ਨੋਟ ਕਰਿਓ
ਮੇਰੇ ਖੁਦਾ ਦੀ ਹੁੰਦੀ ਏ ਜਾਵਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੱਡੀ ਜਿੱਤ ਹੁੰਦੀ ਏ ਕਿ ਗਿਆਨਵਾਨ ਦੀ ਸੰਗਤ ਚੰਗੀ ਤਾਲ ਦੇਵੇ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਰਵਾਨਾਂ ਨੂੰ ਚੰਡਾ ਜੋ ਪ੍ਰਸਤਾਦ ਕਿਸੇ ਦਾ ਪਾਵੇ ਵਕਤ ਤਫਾਨਾਂ ਨੂੰ ਅਮਨ ਦੇਵ ਵੀ ਕਰੇ ਸਲਾਮਾਂ ਝੁਕ ਝੁਕ ਕੇ ਪਰਵਾਨਾਂ ਨੂੰ ਝੁਕ ਝੁਕ ਕੇ ਪਰਵਾਨਾਂ ਨੂੰ ਵਾਕਈ ਬੜਾ ਪਿਆਰਾ ਜਿਹੜਾ ਸ਼ੇਰ ਲਿਖਿਆ ਅਮਨ ਦੇਵ ਸਾਡਾ ਭਰਾ ਕਿ ਰਹਿੰਦੀ ਦੁਨੀਆ ਸਲਾਮਾਂ ਫਿਰ ਕਰਦੀ ਹਾਂ ਜਿਹੜੀਆਂ ਸਰੀਰਾਂ ਵਿੱਚ ਜੋੜ ਗਈ ਅੱਜ ਪੈਸੇ ਧੇਲੇ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਪੈਂਦੇ ਕਦੇ ਚੋਰ ਬਈ ਕਿ ਚੂਰੀ ਬਾਦੀ ਹੱਲਾ ਸ਼ੇਰੀ ਬਾਪੂ ਦੀ ਹਰਿੰਦਰਾ ਮਾਰਾ ਗੁਰੂ ਦੀਆਂ ਬੇਲੇ ਮਾਰ ਲਾਉਂਦੀਆਂ ਕਿ ਕਿੱਡੇ ਜੰਮ ਦੇ ਹੀ ਟਿੱਕੇ ਹੁਣ ਸੋਹਣਿਆ ਟੀਕੇ ਲਾ ਕੇ ਦਲੇਰੀ ਟਕਾਉਂਦੀਆਂ ਕਿੱਡੇ ਜੰਮ ਦੇ ਹੀ ਟਿੱਕੇ ਹੁਣ ਮੱਲਿਆ ਟੀਕੇ ਲਾ ਕੇ ਦਲੇਰੀਆਂ ਨਾਉਂਦੀਆਂ ਭਾਗਾ ਕਰਿਆਣਾ ਬਿੱਟੂ ਜੱਟੀ ਵਾਲੀਆਂ ਚੌਧਰੀ ਰਾਮ ਕੁਮਾਰ ਜੀ ਨਾਲੀ ਸੁਰਜੀਤ ਚੌਧਰੀ ਜੀ ਦੇ ਨਾਂ ਤੇ 500 ਰੁਪਏ ਦੇ ਵੱਡੇ ਬਾਂਗ ਮੰਡੋਦੇ ਕਰਦੇ ਆ ਆਦਰ ਚਾਹਦੀ ਹੋਈ ਕਿਸ਼ਤੀ ਬੜੀ ਪਿਆਰੀ ਹੈ ਲਾਓ ਦਾ ਮਹਿਲ ਵੱਲੋਂ ਕਰੋ
ਪਤਾ ਲੱਗਦਾ ਹੈ ਜਦੋਂ ਅਗਲਾ ਹਿੱਕ ਵਿੱਚ ਵੱਜਦਾ ਹੈ ਜਿਵੇਂ ਤਲਵਾਰ ਨੂੰ ਰੋਕਣ ਲਈ ਤਾਂ ਚਾਹੀਦੀ ਸ਼ੌਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ ਮਿੱਤਰ ਕੁਸ਼ਤੀ ਨਹੀਂ ਜਾਣ ਚਾਹੀਦੀ ਮਿੱਤਰ ਕੁਸ਼ਤੀ ਨਹੀਂ ਜਾਣ ਚਾਹੀਦੀ ਵਾਕਈ ਚੋਰਾਂ ਦੀ ਖੇਡ ਜਾਂਦਾ ਹੋਇਆ ਮੁਕਾਬਲਾ ਬੜਾ ਫਿਰ एक बार फिर तो नोट करो भी 16 अक्टूबर जेडे लोकल जंगल है साडे मखणू माजरे का जंगल होएगा चोटी के पहलवान बजने मखणू माजरे की धरती से साडे योगराज ठाकुर जी साडे प्रधान साहब दलेर चौधरी जी उप प्रधान साहब गुरदेव ठाकुर जी सदे देंगे अभी ऐसे तरह 16 अक्टूबर कलाड़ी वाले का जंगल होएगा और रवि गुजर मंगा साडा भरा मनीष सारे भीर सदे देने हैं ਬਈ 16 ਅਕਤੂਬਰ ਇਹ ਕਲਾੜੀ ਵਾਲੇ ਦਾ ਜੰਗਲ ਹੋਏਗਾ ਜਿੱਥੇ ਸਿਕੰਦਰ ਸ਼ੇਖ ਬੁੱਕ ਕੀਤਾ ਉਹਦੇ ਨਾਲ ਕੁਸ਼ਤੀ ਹਲੇ ਕੋਈ ਪਹਿਲਵਾਨ ਫਾਈਨਲ ਨਹੀਂ ਕੀਤਾ ਹੋਰ ਵੀ ਚੋਟੀ ਦੇ ਮਨ ਪੁੱਜਣੇ ਆ ਵੀ ਨੋਟ ਕਰਿਓ ਉਸ ਤੋਂ ਬਾਅਦ 17 ਤਰੀਕ ਪੁੱਟ ਦਾ ਜੰਗਲ ਹੋਏਗਾ ਉਮੇਸ਼ ਪਹਿਲਵਾਨ ਮਥੁਰਾ ਤੇ ਨਾਲ ਪੜੇਗਾ ਬਈ ਪ੍ਰਿੰਸ ਪਹਿਲਵਾਨ ਕੋਹਾਲੀ ਗੋਪੀ ਲੀਲਾ ਪੁੱਜੇਗਾ ਯੁਧਿਸ਼ਠਿਰ ਬਾਰਨ ਦੀ ਜਿਹੜੀ ਕੁਸ਼ਤੀ ਸਪੈਸ਼ਲ ਬੰਨੀ ਗਈ ਹੈ ਸੋਨੂੰ ਜਗੇਰ ਦੀ ਉਹਨਾਂ ਦੇ ਸਾਰੇ ਯਾਰਾਂ ਮਿੱਤਰਾਂ
ਸਾਡੇ ਵੱਲੋਂ ਸਵਰਗੀ ਆਕਾਸ਼ਵੀਰ ਦੀ ਯਾਦ ਵਿੱਚ ਜਿਹੜੀ ਗੋਸ਼ਤੀ ਬਣੀ ਹੈ ਬਈ ਚਲੋ ਮਹਿਰਮਾਨ ਜੀ ਟਾਈਮ ਬਤੀਤ ਨਾ ਕਰੋ ਚਲੋ ਚਲੋ ਸ਼ਾਬਾਸ਼ ਉਸ ਤੋਂ ਬਾਅਦ ਜਿਹੜਾ 18 ਨਵੰਬਰ ਹੋਈਗੀ ਕੜੂਆਣੇ ਦੀ ਦੰਗਲ ਦੀ ਚਿੜੂ ਵਾਲਾ ਸਾਡਾ ਚਿੜੂ ਸਾਡਾ ਭਰਾ ਕੜੂਆਣਾ ਸੱਦਾ ਦਿੰਦਾ ਵੀ 18 ਨਵੰਬਰ ਹਿੰਦੁਸਤਾਨ ਦੀ ਕਰੀਮ ਜਿਹੜੀ ਕੜੂਆਣੇ ਦੀ ਧਰਤੀ ਦੇ ਕੋਲ ਹੈਗੀ ਇਹ ਵੀ ਨੋਟ ਕਰਦੇ ਜਾਇਓ ਉਸ ਤੋਂ ਬਾਅਦ 26 ਨਵੰਬਰ ਪਹਿਲਾਂ 25 ਨਵੰਬਰ ਬਾਬਾ ਫਲਾਈ ਦੇ ਵਿੱਚ ਰੌਣਕਾਂ ਲੱਗਣੀਆਂ ਜਿੱਥੇ ਹਿੰਦੁਸਤਾਨ ਦੇ ਚੋਟੀ ਦੇ ਮਨ ਪੁੱਜਣੇ ਕੁੱਲ ਹਿੰਦੁਸਤਾਨ ਬਣੇਗਾ ਇਹ ਵੀ ਨੋਟ ਕਰਿਓ 25 ਨਵੰਬਰ ਬਾਬਾ ਫਲਾਈ ਤੇ 26 ਨਵੰਬਰ ਖੋਲ ਬੇਲੀ ਦਾ ਕੁਸ਼ਤੀ ਦੰਗਲ ਹੋਏਗਾ ਹਰਦੇਵ ਗੁੱਜਰ ਸਾਡਾ ਭਰਾ ਸੱਦੇ ਦਿੰਦਾ ਮਿਹਰਚੰਦ ਜੀ ਪ੍ਰਧਾਨ ਸਾਹਿਬ ਸੱਦੇ ਦਿੰਦੇ ਆ ਵੀ 26 ਨਵੰਬਰ ਖੋਲ ਬੇਲੀ ਦੇ ਵਿੱਚ ਹਿੰਦੁਸਤਾਨ ਦੀ ਕਰੀਬ ਪੁੱਜੇਗੀ ਵੀ ਨੋਟ ਕਰਦੇ ਆ ਜਿਹੜੇ ਸਾਡੇ ਲੋਕਲ ਦੰਗਲ 18 ਅਕਤੂਬਰ ਲੋਤੀ ਮੇਲੇ ਦਾ ਦੰਗਲ ਹੈ ਵੀ ਨੋਟ ਕਰਿਓ ਗ੍ਰਾਮ ਪੰਚਾਇਤ ਨੰਦਪੁਰ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਸਾਰੇ ਪਹਿਲਵਾਨਾਂ ਦਾ ਤਾਂ ਦਿਲੋਂ ਧੰਨਵਾਦ ਹੈ ਤੇਰੀ ਚੱਲਦੀ ਹੋਈ ਕੁਸ਼ਤੀ ਐਡਾ ਪਹਿਲਵਾਨਾਂ ਦਰਮਿਆਨ ਸਮਾਂ ਬੀਤਦਾ ਜਾਂਦਾ ਜੋ ਨਹੀਂ ਮਰਦਾ ਜੀ ਕਿੰਨਾ ਸਮਾਂ ਬੀਤ ਗਿਆ ਬਈ 3 ਮਿੰਟ ਦਾ ਸਮਾਂ ਮੋਨੂ ਦੇ ਉਦੇਸ਼ ਧਿਆਨ ਦਿਓ ਵੀ 1000 ਦਾ ਜਿੱਤਣ ਵਾਲੇ ਬੰਦੇ ਨੇ ਲੱਗਿਆ ਦੇਖਾਂਗੇ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਹਿੰਦੇ ਖੋਲ ਬੇਲੀ ਵਿੱਚ 5:30 ਵਜੇ ਜਿਹੜੀ ਸਹੀ ਮਾਲੀ ਦੀ ਕੁਸ਼ਤੀ ਕਰਾ ਦੇਣੀ ਹੈ ਇਸ ਗੱਲ ਦਾ ਵੀ ਜ਼ਰੂਰ ਧਿਆਨ ਦਿਓ ਅਦਰ ਅਮੇਸ਼ ਉੱਪਰਲੇ ਪਾਸੇ ਹੇਠਲੇ ਪਾਸੇ ਹੁਣ ਤੋਂ ਖਾਣਾ ਦੇ ਕਿ ਪੋਤੇ ਮੈਨੂੰ ਫੁੱਲ ਲਗਦੇ ਜਾਂਦੇ
ਜਿਹੜੀ ਖਾਦੀ ਚੂਰੀ ਏ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ ਕਿ ਜਿਸ ਗੱਭਰੂ ਨੇ ਪੀਣੀਆਂ ਸਿੰਧਾਂ ਨੇ ਤੇ ਤਮਾਖੂ ਖਾਣਾ ਸੌ ਕਮਾਉਣਾ ਸਾਰੇ ਦਿਨ ਦੀ ਸ਼ਾਮ ਨੂੰ ਠੇਕੇ ਜਾਣਾ ਬੱਕਰੀਆਂ ਦਾ ਪੀਣਾ ਦੁੱਧ ਕੀ ਕਿਸੇ ਨੂੰ ਜੋਫਾ ਲਾਉਣਾ ਉਹਨੇ ਕੀ ਭਲਵਾਨੀ ਕਰਨੀ ਕੀ ਕਿਸੇ ਨੂੰ ਟਾਉਣਾ ਉਹਨੇ ਕੀ ਭਲਵਾਨੀ ਕਰਨੀ ਕੀ ਕਿਸੇ ਨੂੰ ਟਾਉਣਾ ਹਾਂਜੀ ਕੱਢਦਾ ਲੋਹੇ ਨੂੰ
ਦੀ ਕਿਰਤ ਹੁੰਦੀ ਮਨ ਪੈਂਦਾ ਨਹੀਂ ਹੋਕੇ ਲਲਕਾਰਿਆਂ ਦਾ ਆਏ ਹਾਏ ਬੱਲੇ 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 ਲਾਓ ਦਾ ਮੇਰ ਕਰੋ ਕੁਸ਼ਤੀ ਦਾ ਫੈਸਲਾ ਕਿ ਸੂਰਜ ਵੀ ਅਕਬਰ ਸਾਹਿਬ ਦੇ ਤੋਪਾਂ ਦੇ ਉੱਤੇ ਹੜੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਉਹ ਬਾਗ ਵਿੱਚ ਛੱਡਿਆ ਯਾਰੋ ਨਿਕਲ ਜਾਈਆਂ ਦਾ ਸੁੱਕੀ ਗਈ ਵਾਲੇ ਵੇਖ ਲੈ ਫੁੱਲ ਮਿਹਨਤਾਂ ਲਾਈਆਂ ਦਾ ਫੁੱਲ ਮਿਹਨਤਾਂ ਲਾਈਆਂ ਦਾ ਲਾਈਆਂ ਮਿਹਨਤਾਂ ਦਾ ਬੱਲ ਖਾਧੀਆਂ ਖੁਰਾਕਾਂ ਦਾ ਬੱਲ ਅੱਜ ਇਹਨਾਂ ਮੈਦਾਨਾਂ ਦੇ ਵਿੱਚ ਮੋੜਿਆ ਜਾ ਰਿਹਾ ਚਲੇ 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 ਰੁਕਣਾ ਨਹੀਂ ਹੈ ਸ਼ਾਬਾਸ਼ ਤੁਸੀਂ ਅੱਜ ਦੇ ਦੰਗਲ ਨੂੰ ਸਫਲ ਬਣਾਉਣ ਦੇ ਲਈ ਅੱਜ ਦੇ ਦੰਗਲ ਨੂੰ ਚਾਰ ਦਿਨ ਲਾਉਣ ਦੇ ਲਈ ਪੁੱਜੇ ਆ ਸਾਰੇ ਦਰਸ਼ਕਾਂ ਦਾ ਲਾਓ ਲਾਓ ਦਾਬੇ ਚ ਮਿਹਰਬਾਨੋ ਮਾਰੋ ਹੱਲਾ ਬਰਾਬਰ 18 ਅਕਤੂਬਰ ਲੋਕੀ ਮੰਦਰ ਸ਼ਾਬਾਸ਼ 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 ਪਹਿਲਵਾਨੋ ਕਰੋ ਕੁਸ਼ਤੀ ਦਾ ਫੈਸਲਾ ਕਿ ਮਿਹਨਤ ਦੇ ਉੱਤੇ ਪੂਰਾ ਜ਼ੋਰ ਦੇ ਲੱਭੇ ਦਾ ਹੱਕ ਮੰਜ਼ਿਲਾਂ ਦੇ ਸਿਰਿਆਂ ਤੇ ਲਾਉਣ ਨੂੰ ਆ ਰੱਬ ਕਦੇ ਘਰੇ ਬੈਠੇ ਰੋਟੀਆਂ ਨਹੀਂ ਲੈਂਦਾ ਉਹ ਵੀ ਤੋੜ ਨਹੀਂ ਪੈਂਦੀ ਹੈ ਮੁੱਚ ਤੋੜ ਨੂੰ ਕਿ ਐਵੇਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਐਵੇਂ ਲੋਕੀ ਨੇ ਦੂਜੇ ਕੇ ਦਿਨ ਵਿਕਦੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਕੀ ਫੈਸਲਾ ਜੀ 5 ਮਿੰਟ ਜਿਹੜੇ ਖੁੱਲਾ ਸਮਾਂ ਦਿੱਤਾ ਸੀ ਪੂਰੇ ਹੋ ਗਏ ਹੈ ਹਾਂਜੀ